ਜੋ ਚਰਨਜੀਤ ਸਿੰਘ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟ ਦਿੱਤਾ ਗਿਆ ਸੀ ਉਹਦੇ ਉੱਤੇ ਹੁਣ ਖੁਲਾਸਾ ਕਰਦੇ ਆਂ ਉਹ ਫੋਟੋ ਕੱਢ ਲਈ ਜਦੋਂ ਜਿਹੜੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਉਹਨਾਂ ਦੇ ਜਿਹੜੇ ਖਿਡਾਰੀ ਸੀ ਉਹਦੇ ਪਿਤਾ ਮਿਲੇ ਸੀ ਉਹ ਵੀ ਫੋਟੋ ਲੈ ਕੇ ਆ ਗਏ ਕਿਵੇਂ ਦੇਖਦੇ ਇੱਕ ਜਸ ਇੰਦਰ ਸਿੰਘ ਦਾ ਨਾਂ ਦਾ ਲੜਕਾ ਹੈ ਜਿਹੜਾ ਕਰੈਕਟ ਖੇਡਦਾ ਸੀ ਮਾਨ ਸਾਹਿਬ ਨੇ ਦਿਖਾਇਆ ਕਿ ਇੱਥੇ ਕਢ ਕੇ ਦੋ ਗੀਤਾਂਏ ਕਰਕੇ ਥੋੜਾ ਕਮ ਹੋ ਜਾਣਾ ਚਾਹੀਦਾ ਕੁਝ ਸੈਕਟਰੀਆਂ ਦੇ ਨਾਂ ਵੀ ਲੈਂਦੇ ਐ ਸਰਕਾਰੀ ਰਿਕਾਰਡ ਦੇ ਵਿੱਚ ਫੈਲਤਰੀ ਵੀ ਹੋਈ ਐ ਮਾਨ ਸਾਹਿਬ ਨੇ ਉਹਦੇ ਚ ਕਿਹਾ ਕਿ ਉਹ 2 ਲੱਖ ਰੁਪਏ ਜੇਬ ਚ ਪਾ ਕੇ ਲੈ ਗਏ ਹੋ ਸਕਦਾ ਉਹਨਾਂ ਦੀ ਸਮਝ ਚ ਨਹੀਂ ਆਈ ਹੋਵੇ ਨਹੀਂ ਤਾਂ ਫਿਰ ਆ ਸੁੰਦਰ ਸ਼ਾਮ ਰੋੜੇਵਾਂ ਨੂੰ ਮਸ਼ੀਰੀ ਨਾਲ ਲੈ ਜਾਂਦੇ ਤੇ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਜਾ ਕੇ ਬੀਜੀ ਮੇਰਾ ਹੋਵੇ ਮੇਰਾ ਕੱਖ ਨਾ ਰਹੇ ਇਹ ਗੱਲਾਂ ਕਰਿਆ ਇਹ ਲੜਕਾ 14 ਮਹੀਨੇ ਚੁੱਪ ਕਿਉਂ ਰਿਹਾ ਪਹਿਲਾ ਮਾਮਲਾ ਉਹਨਾਂ ਦੇ ਧਿਆਨ ਚ ਕਿਉਂ ਨਾ ਲਿਆਂਦਾ ਗਿਆ ਔਰ ਚੰਨੀ ਸਾਹਿਬ ਦੋਸ਼ ਨੂੰ ਉਹ ਕਰਦੇ ਐ ਮਾਨ ਸਾਹਿਬ ਦੇ ਹਿੱਤੋਂ ਤੱਕ ਵੀ ਕਹਿੰਦਾ ਸੀ ਕਿ ਚੰਨੀ ਸਾਹਿਬ ਪੁੱਛ ਲੋ ਆ ਉਹਦੇ ਭਤੀਜੇ ਬਤੂਜਾ ਤੋਂ ਮਾਨ ਸਾਹਿਬ ਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਇੰਜ ਲੱਗਦਾ ਸੀ ਕਿ ਉਹਨਾਂ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਡਾਕਟਰ ਸਾਹਿਬ ਦੂਜੇ ਪਾਸੇ ਚੰਦ ਸਿੰਘ ਚੰਨੀ ਹੋਰ ਜੋ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਹਿੰਦੇ ਵੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਤੇ ਮੇਰੀ ਮੈਨੂੰ ਮਾਨਸਿਕ ਤੌਰ ਦੇ ਉੱਤੇ ਵੀ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਕਹਿੰਦੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਇਹ ਕਹਿਣਾ ਕਿ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਆ ਕੀਤਾ ਜਾ ਰਿਹਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਚੰਨੀ ਸਾਹਿਬ ਜਿਹੜੇ ਸਵਾਲ ਭਗਵੰਤ ਮਾਨ ਨੇ ਅੱਜ ਕੀਤੇ ਨੇ ਉਹਨਾਂ ਦਾ ਜਵਾਬ ਉਹ ਗੱਲੀਬਾਤੀ ਫੂਸੀ ਬੰਡੇ ਨਹੀਂ ਪਕਰੇ ਜੇ ਉਹਨਾਂ ਨੇ ਬੰਦਾ ਪੇਸ਼ ਕੀਤਾ ਜਾਂਦਾ ਇਹ ਦੱਸੋ ਵੀ ਤੁਸੀਂ ਉਹਨੂੰ ਮਿਲੇ ਨਹੀਂ ਜੇ ਮਿਲੇ ਹੋ ਬੰਦਾ एलिਜੀਬਲ ਸੀ ਤਾਂ ਉਹਨੂੰ ਨੌਕਰੀ ਕਿਉਂ ਨਹੀਂ ਦਿੱਤੀ ਸਰ ਇਹ ਕਹਿ ਰਿਹਾ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ ਮੇਰੀ ਮਨਸ਼ਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਇਕੱਲੀ ਗੱਲ ਬਹੁਤੀ ਨਹੀਂ ਜਿਵੇਂ ਉਹਨਾਂ ਨੇ ਸਬੂਤ ਰੱਖੇ ਨੇ ਤੁਸੀਂ ਸਬੂਤਾ ਦੇ ਆਧਾਰ ਤੇ ਹੀ ਇਹਨਾਂ ਦਾ ਟੱਕਰਾ ਕਰੋ ਜਦੋਂ ਕਲਦੀਪ ਸਿੰਘ ਧਾਲੀਵਾਲ ਕੈਬਨ ਮੰਤਰੀ ਉਹਨਾਂ ਦੇ ਉਹਦੇ ਵੀ ਬਦਲ ਦਿੱਤੇ ਗਏ ਕਾਰਨ ਕੀ ਨੇ ਇਹ ਹੁਣ ਕਾਰਨ ਹੌਲੀ ਹੌਲੀ ਸਾਹਮਣੇ ਆਉਣਗੇ ਮੇਰਾ ਖਿਆਲ ਹੈ ਕਿਸੇ ਦੀ ਵਾਲੀ ਚੜਤ ਬਰਦਾਸ਼ਤ ਨਹੀਂ ਹੁੰਦੀ ਹੁੰਦੀ ਔਰ ਧਾਲੀਵਾਲ ਸਾਹਿਬ ਦੀ ਇਸ ਵੇਲੇ ਚੜਤ ਸਭ ਤੋਂ ਜ਼ਿਆਦਾ ਸੀ ਬਿਲਕੁਲ ਜੀ ਮੈਨੂੰ ਤਾਂ ਇਹ ਲੱਗਦਾ ਵੀ ਚੜਤ ਨਹੀਂ ਕੰਮ ਕੀਤਾ ਹਮ ਉਹਨਾਂ ਦੇ ਦੋੇ ਮਹੱਤਵਪੂਰਨ ਮਹਿਕਵੇਂ ਖੇਤੀਬਾੜੀ ਜੀ ਤੇ ਪਿੰਡੂ ਵਿਕਾਸ ਦੋਨੋਂ ਹੀ ਬਾਪਸ ਕਰਾ ਦਿੱਤੇ ਗਏ ਹੈ ਕਟਾਰੂ ਚੱਕ ਦਾ ਜਿਹੜਾ ਮਾਮਲਾ ਚੱਲ ਰਿਹਾ ਹੈ ਉਹਦੇ ਬਾਰੇ ਮਾਨ ਸਾਹਿਬ ਬੋਲਦੇ ਤੱਕ ਨਹੀਂ ਬਿਲਕੁਲ ਭਾਵੇਂ ਇੱਧਰ ਦਾ ਹੋਵੇ ਉਧਰ ਦਾ ਹੋਵੇ ਆਪਦਾ ਹੋਵੇ ਬਗਾਨਾ ਹੋਵੇ ਉਹਦੀ ਪੂਰੀ ਪੜਤਾਲ ਕਰਾਓ ਨਿਰਪੱਖਤਾ ਨਾਲ ਜਾਂਚ ਕਰਾਓ ਭਾਵੇਂ ਆਪਣਾ ਕਿਉਂ ਨਾ ਹੋਵੇ ਜੇ ਦੋਸ਼ੀ ਹੈ ਉਹਦੇ ਤੇ ਬੰਦ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਜਥੇਦਾਰ ਬਲਦੀ ਸਿੰਘ ਤਾਦੂਵਾਲ ਹੋਣਾ ਨੇ ਕਿਹਾ ਹੈ ਕਿ ਜੇ ਸ਼੍ਰੋਮ ਨੇ ਦੁਆਰਾ ਪ੍ਰੰਤ ਕਮੇਟੀ ਨੇ ਚੋਣਾਂ ਨੇ ਉਹਦੇ ਵਿੱਚ ਅਸੀਂ ਇੱਕ ਬਾਦਲ ਪਰਿਵਾਰ ਦਾ ਜਾਂ ਕਿਹੜੀ ਇੱਕ ਪਰਿਵਾਰ ਦਾ ਕਬਜ਼ਾ ਹਟਾਉਣ ਦੇ ਲਈ ਅਸੀਂ ਉਹਨਾਂ ਦਾ ਪਾਰਟੀ ਦਾ ਜਿਹੜੀ ਜਥੇਬੰਦੀ ਚੋਣ ਲੜਨਗੇ ਉਹਨਾਂ ਸਮਰਥਨ ਕਰਾਂਗੇ ਜਿਹੜੇ ਇੱਕ ਪਰਿਵਾਰ ਨੂੰ ਦੂਰ ਕਰਨ ਦੇ ਵਿੱਚ ਸਾਡੀ ਮਦਦ ਕਰਨਗੇ ਦੇਖੋ ਇਹ ਚੀਜ਼ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਕਹੀ ਹੈ ਜੀ ਬੀਬੀ ਜਗੀਰ ਕੌਰ ਹੋਰੀ ਵੀ 3 ਤਰੀਕ ਨੂੰ ਇੱਕ ਵੱਡਾ ਇਕੱਠ ਸੱਦ ਰਹੇ ਨੇ ਹੂੰ ਉਹਦੇ ਵਿੱਚੋਂ ਕੀ ਆਉਣਾ ਸਾਰਿਆਂ ਦੇ ਨਜ਼ਰਾਂ ਉਹਦੇ ਤੇ ਵੀ ਟਿਕੀਆਂ ਵਿਆਂ ਨੇ ਧਾਲੀਵਾਲ ਸਾਹਿਬ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਭਾਵੇਂ ਕੈਪਟਨ ਦਾ ਮਹਿਲ ਹੋਵੇ ਜਾਂ ਬਾਦਲ ਪਰਿਵਾਰ ਦਾ ਜਿਹੜਾ ਹੋਟਲ ਹੋਵੇ ਅਸੀਂ ਉਹਦੇ ਨਾਲ ਪੰਗਾ ਲਵਾਂਗੇ ਉਦੋਂ ਰਘੀਸ਼ ਰਾਜ ਢਾਂਡਾ ਜਿਹੜੇ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਨੇ ਉੱਤੇ ਸੰਸਦੀ ਸਿਕੱਤਰ ਵੀ ਰਹੇ ਨੇ ਉਹ ਕਹਿੰਦੇ ਹੱਥ ਲਾ ਕੇ ਦੇਖੋ ਜਦੋਂ ਨਵੇਂ ਉੱਥੇ ਜਾਣਗੇ ਕਿਉਂਕਿ 11-12 ਸਾਲ ਤੋਂ ਇਹਦੀ ਚੋਣ ਨਹੀਂ ਹੋਈ ਨਵੀਂ ਜਦੋਂ ਵੀ ਕੋਈ ਟੀਮ ਆਉਂਦੀ ਹੈ ਉਹਦੇ ਨਾਲ ਤਬਦੀਲੀ ਤਾਂ ਆਇਆ ਹੀ ਕੱਪ ਅੱਛਾ ਕਾਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਪਰਦੀਆਂ ਕੁਝ ਵੱਡੀਆਂ ਤੇ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਨੇ ਸਾਡੇ ਡੀ5 ਚੈਨਲ ਪੰਜਾਬੀ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਟੀਲੋਜੀ ਆਪ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਫਿਰ ਕਰਦੇ ਹਾਂ ਖਬਰਾਂ ਦੇ ਉੱਤੇ ਚਰਚਾ ਟੀਲੋ ਸਾਹਿਬ ਉਹ ਸਵਾਗਤ ਹੈ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਟੀਲੋ ਸਾਹਿਬ ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਵੱਡਾ ਜਿਹਾ ਕਹਿ ਲਈਏ ਸਿਆਸੀ ਤੌਰ ਦੇ ਉੱਤੇ ਦੇਖਿਆ ਗਿਆ ਪਹਿਲਾਂ ਪੰਜਾਬ ਦੇ ਵਿੱਚ ਜੋ ਸਿਆਸੀ ਜਿਹੜੇ ਕੈਬਨਟ ਦੇ ਵਿੱਚ ਫੇਰ ਬਦਲ ਕੀਤਾ ਗਿਆ ਉਹਦੇ ਨੂੰ ਲੈ ਕੇ ਤੇ ਹੁਣ ਭਗਵੰਤ ਮਾਨ ਹੋਰਾਂ ਦੇ ਵੱਲੋਂ ਜੋ ਚਰਨਜੀਤ ਸਿੰਘ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟ ਦਿੱਤਾ ਗਿਆ ਸੀ ਉਹਦੇ ਉੱਤੇ ਹੁਣ ਖੁਲਾਸਾ ਕਰਦੇ ਆਂ ਉਹ ਫੋਟੋ ਕੱਢ ਲਏ ਜਦੋਂ ਜਿਹੜੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਉਹਨਾਂ ਦੇ ਜਿਹੜੇ ਖਿਡਾਰੀ ਸੀ ਉਹਦੇ ਪਿਤਾ ਮਿਲੇ ਸੀ ਉਹ ਵੀ ਫੋਟੋ ਲੈ ਕੇ ਆ ਗਏ ਕਿਵੇਂ ਦੇਖ ਦਿਓ ਜੀ ਦੇਖੋ ਇਹ ਇੱਕ ਪੜਤਾਲ ਦਾ ਵਿਸ਼ਾ ਹਮ ਅੱਜ ਤੱਕ ਅਰ ਜਿਹੜੀ ਗਵਰਨਰ ਸਾਹਿਬ ਨੇ ਕਰਵਾਈ ਜਾਂਚ ਉਹਦੇ ਵਿੱਚ ਕਹਿੰਦੇ ਤਸਵੀਰ ਸਹੀ ਹੈ ਹੂੰ ਬਹੁਤ ਕੁਝ ਵਾਪਰ ਜਾਂਦਾ ਹੈ ਜਦੋਂ ਤੋਂ ਇਹ ਮਾਮਲਾ ਆਇਆ ਸੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਦੋਸ਼ ਲਾਏ ਸੀ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ ਦੋਨੋਂ ਪੱਖ ਅੱਗੇ ਆਉਣੇ ਚਾਹੀਦੇ ਆ ਉਹ ਇਲਜ਼ਾਮ ਲਾ ਰਹੇ ਨੇ ਇੱਕ ਜਸ ਇੰਦਰ ਸਿੰਘ ਦਾ ਨਾ ਦਾ ਲੜਕਾ ਹੈ ਜਿਹੜਾ ਕ੍ਰਿਕਟ ਖੇਡਦਾ ਸੀ ਮਾਨ ਸਾਹਿਬ ਨੇ ਦਿਖਾਇਆ ਕਿ ਇੱਥੇ ਖੜ ਕੇ ਦੋ ਕੀਤਾ ਐ ਕਰਕੇ ਥੋੜਾ ਕੰਮ ਹੋ ਜਾਣਾ ਚਾਹੀਦਾ ਕੁਝ ਸੈਕਟਰੀਆਂ ਦੇ ਨਾਂ ਵੀ ਲੈਂਦੇ ਐ ਤੇ ਇੱਕ ਹੋਰ ਵੀ ਹੈ ਸਰਕਾਰੀ ਰਿਕਾਰਡ ਦੇ ਵਿੱਚ ਫੈਲਤਰੀ ਵੀ ਹੋਈ ਹੈ ਮਾਨ ਸਾਹਿਬ ਨੇ ਉਹਦੇ ਚ ਕਿਆ ਕਿ ਉਹ 2 ਲੱਖ ਰੁਪਏ ਜੇਬ ਚ ਪਾ ਕੇ ਲੈ ਗਏ ਹੋ ਸਕਦਾ ਉਹਨਾਂ ਦੀ ਸਮਝ ਚ ਨਹੀਂ ਆਈ ਹੋਵੇ ਨਹੀਂ ਤਾਂ ਫਿਰ ਆ ਸੁੰਦਰ ਸ਼ਾਮ ਰੋੜੇ ਵਾਂਗੂ ਮਸ਼ੀਨੀ ਨਾਲ ਲੈ ਜਾਂਦੇ ਜੀ ਉਹ ਗੱਲ ਉਹਦੇ ਪਿਤਾ ਜੀ ਤੇ ਲੜਕਾ ਆਪ ਵੀ ਕਹਿੰਦਾ ਜਸਿੰਦਰ ਸਿੰਘ ਕਹਿੰਦੇ ਮੈਨੂੰ ਧਰਮਸ਼ਾਲਾ ਮੈਚ ਦੇ ਵਿੱਚ ਮਿਲਿਆ ਸੀ ਇਹ ਲੜਕਾ ਉੱਥੇ ਕਰਨ ਗਿਆ ਸੀ ਜਾ ਜਿਹੜੇ ਉਹ ਪਰਿਵਾਰ ਦੋਸ਼ ਲਾਉਂਦਾ ਹੈ ਮੁੱਖ ਮੰਤਰੀ ਸਾਹਿਬ ਨੇ ਸਹੀ ਮੰਨ ਲਏ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਨੇ ਉਹਨਾਂ ਨੂੰ ਇਹਦੀ ਪੜਤਾਲ ਕਰਾਉਣੀ ਚਾਹੀਦੀ ਹੈ ਚੱਲਿਆ ਇਹ ਕਿ 2 ਕਰੋੜ ਮੰਗਿਆ ਗਿਆ ਇਹਦਾ ਦੋਸ਼ ਹੈ ਤੇ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਜਾ ਕੇ ਵੀ ਜੇ ਮੇਰਾ ਹੋਵੇ ਮੇਰਾ ਕੱਖ ਨਾ ਰਹੇ ਇਹ ਗੱਲਾਂ ਕਰਿਆ ਅੱਜ ਦੋ ਪਿਓ ਪੁੱਤ ਦਾ ਸਾਹਮਣੇ ਆ ਜਾਣਾ ਮਾਨ ਸਾਹਿਬ ਨੇ ਅੱਜ ਦਾ ਸਮਾਂ ਦਿੱਤਾ ਸੀ 31 ਮਈ 2 ਵਜੇ ਦਾ ਕਿ ਨਾ ਵੀ ਉ ਜਾਗਰ ਕਰ ਦਿਆਂਗਾ ਮੈਂ ਆਪਾਂ ਲੋਕ ਪੱਤਰਕਾਰ ਹੁੰਨੇ ਆ ਕੁਝ ਸਵਾਲ ਕਰਨ ਦਾ ਆਪਾਂ ਨੂੰ ਵੀ ਇਹ ਲੜਕਾ 14 ਮਹੀਨੇ ਚੁੱਪ ਕਿਉਂ ਰਿਹਾ ਪਹਿਲਾ ਮਾਮਲਾ ਉਹਨਾਂ ਦੇ ਧਿਆਨ ਚ ਕਿਉਂ ਨਾ ਲਿਆਂਦਾ ਗਿਆ ਔਰ ਚੰਨੀ ਸਾਹਿਬ ਦੋਸ਼ ਨੂੰ ਉਹ ਕਰਦੇ ਐ ਮਾਨ ਸਾਹਿਬ ਦੇ ਹਿੱਥੋਂ ਤੱਕ ਵੀ ਕਹਤਾ ਸੀ ਕਿ ਚੰਨੀ ਸਾਹਿਬ ਪੁੱਛ ਲੋ ਉਹਦੇ ਭਤੀਜੇ ਬਤੂਜਿਆਂ ਤੋਂ ਜੀ ਸੋ ਅੱਜ ਜਿਵੇਂ ਮਾਨ ਸਾਹਿਬ ਦੀ ਬੋਡੀ ਲੈਂਗੁਏਜ ਦੱਸ ਰਹੀ ਸੀ ਇੰਜ ਲੱਗਦਾ ਸੀ ਕਿ ਉਹਨਾਂ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਔਰ ਇੱਕ ਸਾਬਕਾ ਮੁੱਖ ਮੰਤਰੀ ਨੂੰ ਉਸ ਤੋਂ ਪਹਿਲਾਂ ਕਹਿੰਦੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਵੀ ਗਿਆ ਸੀ ਉਦੋਂ ਵੀ ਉਹਨਾਂ ਦੇ ਇੱਕ ਸੈਕਟਰੀ ਨੇ ਕੇਸ ਸਟੱਡੀ ਕਰਕੇ ਕਿਹਾ ਕਿ ਤਾਂ ਵਾਕਈ ਮੰਨਦਾ ਹੈ ਸਾਡੇ ਤਾਂ ਇੱਥੇ ਹਾਲ ਇਹ ਹੈ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਖੜਾਰਨਾ ਲਗਾਤਾਰ ਝੁੰਡਾ ਲੌਦੀਆਂ ਦੇਖੀਆਂ ਗਈਆਂ ਤੇ ਆ ਜਿਹੜਾ ਕੁਝ ਪਹਿਲਵਾਨਾਂ ਨਾਲ ਵਾਪਰਿਆ ਇਹ ਆਪਣੇ ਆਪ ਦੇ ਵਿੱਚ ਕੀ ਦਰਸਾਉਂਦਾ ਹੈ ਕਿ ਕੱਲੂ ਇਹ ਬੱਚੀਆਂ ਮੈਡਲ ਲੈਣ ਜਾਣ ਗਈਆਂ ਜਾ ਉਹਨਾਂ ਦੇ ਦਿਲ ਹੀ ਟੁੱਟੇ ਹੋਣਗੇ ਜਿਸ ਬੰਦੇ ਦੀ ਗੱਲ ਕਰਦਾ ਉਹਦੇ ਉੱਤੇ ਬਲਵੌਰ ਪੁਰਜੀ 30 ਤੋਂ ਵੱਧ ਕੇਸ ਨੇ ਹਮ ਅਬਰਜ ਭੂਸ਼ਣ ਸਿੰਘ ਤੇ ਜੀ ਇਹ ਦੇਸ਼ ਜਾਊਗਾ ਕਿੱਧਰ ਜੀ ਸੈਕਟਰੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਨਾ ਹੈ ਕਹਿੰਦੇ ਤੁਸੀਂ ਜਿਹੜੇ ਕਰੋੜਾ ਰੁਪਈਆ ਲਏ ਨੇ ਉਹ ਵਾਪਸ ਕਰੋ ਰੇਲਵੇ 'ਚ ਨੌਕਰੀ ਦਿੱਤੀ ਹੈ ਵਾਪਸ ਕਰੋ ਤੇ ਜਦੋਂ ਹਾਲ ਇਹ ਹੈ ਇਸ ਮੰਤਰੀ ਮੰਡਲ ਦੇ ਵਿੱਚ ਤਿੰਨ ਚਾਰ ਬੀਬੀਆਂ ਬੈਠੀਆਂ ਨੇ ਖਾਸ ਕਰ ਸਾਡੇ ਵਿੱਤ ਮੰਤਰੀ ਨਰਮਲਾ ਸੀਤਾਰਮਨ ਬੀਬੀ ਸੇਵਰਤੀ ਰਾਣੀ ਮਨਾਕਸ਼ੀ ਲੇਖੀ ਮਨਾਕਸ਼ੀ ਲੇਖੀ ਕਹਿੰਦੇ ਕਿ ਇੱਕ ਸਵਾਗਤ ਵਿੱਚ ਗਈ ਇੱਕ ਔਰਤ ਪੱਤਰਕਾਰ ਨੇ ਸਵਾਲ ਪੁੱਛ ਲਿਆ ਵੀ ਉਹ ਮੈਂ ਔਰਤਾਂ ਉੱਥੇ ਬੈਠੀਆਂ ਨੇ ਹੂੰ 52 53 ਸੈਕਿੰਡ ਜਿਹੜੀ ਉਹਨੇ ਦੌੜ ਲਾਈ ਹੈ ਉਹਨਾਂ ਨੇ ਤਾਂ ਪੀਟੀ ਉਚਾਈ ਪਛਾੜਦੀ ਸ਼ੁਕਰ ਜਿਹੜਾ ਇਹ ਭ੍ਰਿਸ਼ਟਾਚਾਰ ਹੈ ਉਹ ਇਹ ਨੇ ਕੀਤਾ ਬੀ ਨੇ ਕੀਤਾ ਸੀ ਨੇ ਕੀਤਾ ਇਹ ਬਹੁਤ ਵੱਡਾ ਉਹ ਕੋਈ ਵੀ ਹੋਵੇ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਕਾਂਗਰਸ ਤੋਂ ਹਮਾਇਤ ਪ੍ਰਾਪਤ ਕਰਨ ਨੂੰ ਤੁਰੀ ਫਿਰਦੀ ਹੈ ਪਹਿਲਾਂ ਇਹ ਕਹਿੰਦੇ ਸੀ ਕਿਸੇ ਪਾਰਟੀ ਦਾ ਕਚਰਾ ਅਸੀਂ ਲੈਣਾ ਹੀ ਨਹੀਂ ਤੇ ਉਹ ਕਚਰਾ ਵੀ ਲੈ ਲਿਆ ਤੇ ਉਹਨਾਂ ਕੋਲ ਜਾ ਵੀ ਪਹੁੰਚੇ ਤੇ ਸਿਆਸਤ ਕਿੱਧਰ ਨੂੰ ਜਾਂਦੀ ਹੈ ਕਾਲੂ ਜੇ ਮੰਨ ਲਓ ਕਾਂਗਰਸ ਨਾਲ ਸਮਝੌਤਾ ਹੋ ਗਿਆ ਅੰਦਰਖਾਤ ਤੇ ਕੋਈ ਨਾ ਕੋਈ ਗਲਤੀ ਹੋਊਗੀ ਨਾ ਹੂੰ ਬਿਲਕੁਲ ਜੀ ਤੇ ਫੇਰ ਮਾਨ ਸਾਹਿਬ ਦੀ ਭ੍ਰਿਸ਼ਟਾਚਾਰ ਮੁਹਿੰਮ ਦਾ ਕੀ ਬਣੂਗਾ ਔਰ ਜੇ ਨਹੀਂ ਲੈਂਦੇ ਹਮਾਇਤ ਤੇ ਇਹ ਜਿਹੜਾ ਬਿੱਲ ਹੈ ਉਹ ਰਾਜ ਸਭਾ ਦੇ ਵਿੱਚ ਪਾਸ ਵੀ ਹੋ ਜਾਊਗਾ ਜੇ ਕਾਂਗਰਸ ਉਹਦੇ ਵਿੱਚ ਹਮਾਇਤ ਨਹੀਂ ਕਰਦੀ ਕਾਂਗਰਸ ਆ ਮਤ ਕਰਦੀ ਹੈ ਕਿਉਂਕਿ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਕੋਲੇ ਉੱਥੇ ਬਹੁਮਤ ਨਹੀਂ ਹੈਗਾ ਉੱਪਰਲੇ ਹਾਊਸ ਦੇ ਵਿੱਚ ਜਾ ਕੇ ਇਹ ਤਾਂ ਹੀ ਕੇਜਰੀਵਾਲ ਸਾਹਿਬ ਦਾ ਛੁਟਕਾਰਾ ਹੋ ਸਕਦਾ ਹੈ ਲੋਕਤੰਤਰ ਦੀ ਜਿੱਤ ਹੋ ਸਕਦੀ ਹੈ ਜੇ ਕਾਂਗਰਸ ਵੀ ਇਹਨਾਂ ਦੀ ਮਦਦ ਕਰੇ ਤਾਂ ਜੀ ਡਾਕਟਰ ਸਾਹਿਬ ਦੂਜੇ ਪਾਸੇ ਅੱਜ ਪੰਜਾਬ ਦੇ ਵਿੱਚ 14 ਮਹੀਨੇ ਹੋ ਗਏ ਆਮ ਆਦੀ ਪਾਰਟੀ ਸਰਕਾਰ ਨੂੰ ਬਣੇ ਨੂੰ ਪਰ ਤੀਜਾ ਫਿਰ ਬਦਲ ਕੀਤਾ ਗਿਆ ਕੈਬਨਟ ਦੇ ਵਿੱਚ ਤੇ ਹੈਰਾਨਜਨ ਗੱਲ ਤਾਂ ਉਦੋਂ ਰਹੀ ਜਦੋਂ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਕੈਬਨ ਮੰਤਰੀ ਨੂੰ ਉਹਨਾਂ ਦੇ ਉਹਦੇ ਵੀ ਬਦਲ ਦਿੱਤੇ ਗਏ ਕਾਰਨ ਕੀ ਨੇ ਇਹ ਹੁਣ ਕਾਰਨ ਹੌਲੀ ਹੌਲੀ ਸਾਹਮਣੇ ਆਉਣਗੇ ਮੇਰਾ ਖਿਆਲ ਹੈ ਕਿਸੇ ਦੀ ਵਾਲੀ ਚੜ੍ਹਤ ਬਰਦਾਸ਼ਤ ਨਹੀਂ ਹੁੰਦੀ ਹੁੰਦੀ ਕਿਉਂਕਿ ਹੂੰ ਇਹ ਚੜ੍ਹਤ ਲੰਬਾ ਸਮਾਂ ਰਹਿੰਦੀ ਨਹੀਂ ਜੀ ਔਰ ਢਾਲੀਵਾਲ ਸਾਹਿਬ ਦੀ ਇਸ ਵੇਲੇ ਚੜ੍ਹਤ ਸਭ ਤੋਂ ਜ਼ਿਆਦਾ ਸੀ ਬਿਲਕੁਲ ਜੀ ਮੈਨੂੰ ਤਾਂ ਇਹ ਲੱਗਦਾ ਵੀ ਚੜ੍ਹਤ ਨਹੀਂ ਕੰਮ ਕੀਤਾ ਹੂੰ ਉਹਨਾਂ ਦੇ ਦੋ ਹੀ ਮਹੱਤਵਪੂਰਨ ਵਿਭਾਗ ਮਹਿਕਵੇਂ ਖੇਤੀਬਾੜੀ ਜੀ ਤੇ ਪਿੰਡੂ ਵਿਕਾਸ ਦੋਨੋਂ ਹੀ ਵਾਪਸ ਕਰਾਉ ਦਿੱਤੇ ਗਏ ਐ ਤੇ ਉਹਨਾਂ ਕੋਲ ਤਾਂ ਐਵੇਂ ਟੁੱਟੂ ਜਾ ਮਹਿਕਮਾ ਐਸ ਵੇਲੇ ਰਹਿ ਗਿਆ ਦੋ ਮੰਤਰੀ ਨਮੈ ਨੂੰ ਸੌਚ ਚਾਉਤੀ ਗੁਰਨੀਤ ਸਿੰਘ ਖੁੱਡੀਆਂ ਹੂੰ ਤੇ ਬਲਕਾਰ ਸਿੰਘ ਹੋਰਾਂ ਨੂੰ ਉਧਰ ਉਹ ਮਜੀਠੀਆ ਸਾਹਿਬ ਨੇ ਵੱਡੀ ਤੋਪ ਨਾਲ ਹਮਲਾ ਕਰਤਾ ਬਰਕਾਤ ਸਿੰਘ ਹੋਰਾਂ ਤੇ ਜੀ ਉਹਨਾਂ ਦੇ ਮੁੰਡੇ ਦੀ ਭਰਤੀ ਦੇ ਮਾਮਲੇ ਦੇ ਵਿੱਚ ਹੂੰ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਹੋਰ ਸਵਾਲ ਹੈ ਦੂਜੇ ਦਾ ਇੱਥੇ ਮਾਨ ਸਾਹਿਬ ਤੇ ਇਹ ਗੱਲ ਆਉਂਦੀ ਹੈ ਕਟਾਰੂ ਚੱਕ ਦਾ ਜਿਹੜਾ ਮਾਮਲਾ ਚੱਲ ਰਿਹਾ ਹੈ ਉਹਦੇ ਬਾਰੇ ਮਾਨ ਸਾਹਿਬ ਬੋਲਦੇ ਤੱਕ ਨਹੀਂ ਬਿਲਕੁਲ ਜੀ ਇੱਕ ਹੋਰ ਆ ਗਈ ਅੱਜ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜੀ ਵਾਰ-ਵਾਰ ਇਨਾਂ ਦੀਆਂ ਇਹ ਅੱਗੇ ਆ ਰਹੀਆਂ ਨੇ ਮੈਂ ਮਹਿਸੂਸ ਕਰਦਾ ਭਾਵੇਂ ਇੱਧਰ ਲਾ ਹੋਵੇ ਉੱਧਰ ਲਾ ਹੋਵੇ ਆਬਦਾ ਹੋਵੇ ਬਗਾਨਾ ਹੋਵੇ ਉਹਦੀ ਪੂਰੀ ਪੜਤਾਲ ਕਰਾਓ ਨਿਰਪੱਖਤਾ ਨਾਲ ਜਾਂਚ ਕਰਾਓ ਭਾਵੇਂ ਆਪਣਾ ਕਿਉਂ ਨਾ ਹੋਵੇ ਜੇ ਦੋਸ਼ੀ ਹੈ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਨੇ ਮੰਤਰੀਆਂ ਦੇ ਮਹਿਕਮੇ ਵੀ ਬਦਲਤੇ ਨਵੇਂ ਮੰਤਰੀ ਵੀ ਆ ਗਏ ਔਰ ਜਿਹੜਾ ਨਿਜਰ ਸਾਹਿਬ ਵਾਲਾ ਮਹਿਕਮਾ ਸੀ ਉਹ ਬਲਕਾਰ ਸਿੰਘ ਵਾਲਾ ਕੋਲ ਚਲਾਇਆ ਗਿਆ ਜਿਹੜੇ ਨਵੇਂ ਬਣਾਏ ਨੇ ਦੂਜੇ ਪਾਸੇ ਜਿਹੜਾ ਅ ਤੁਸੀਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਖੇਤੀਬਾੜੀ ਵਿਭਾਗ ਉਹਨਾਂ ਦੇ ਦੋ ਅਹਿਮ ਵਿਭਾਗ ਉਹ ਦੋਨੋਂ ਜਿਹੜੇ ਆ ਉਹਨਾਂ ਤੋਂ ਵਾਪਸ ਲੈ ਕੇ ਇੱਕ ਲਾਲਜੀਤ ਭੁੱਲਰ ਨੂੰ ਦੇ ਦਿੱਤਾ ਤੇ ਦੂਜਾ ਗੁਰਮੀਤ ਸਿੰਘ ਖੁੱਡੀਆਂ ਨੂੰ ਦੇ ਦਿੱਤਾ ਗਿਆ ਜੀ ਡਾਕਟਰ ਸਾਹਿਬ ਕੀ ਲੱਗਦਾ ਕਿ ਕਿਤੇ ਨਾ ਕਿਤੇ ਜੋ ਕੁਝ ਕਿਹਾ ਜਾ ਰਿਹਾ ਸੀ ਕਹਿੰਦੇ ਹੁਣ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਸੀ ਕਹਿੰਦੇ ਵੀ ਜਿਹੜਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਜਿਹੜੇ ਕੈਬਨ ਮੰਤਰੀ ਸੀ ਉਹਨਾਂ ਨੇ ਅਸਤੀਫਾ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਵੱਲੋਂ ਜਿਹੜੇ ਬਲਜਿੰਦਰ ਸਿੰਘ ਹਮਦਰਦ ਹੈ ਉਹਨਾਂ ਦੀ ਹਮਾਇਤ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਜੀ ਕਹਿੰਦੇ ਇਹ ਕੱਲੀ ਦੀ ਹੋਏ ਜੀ ਉਹ ਇੰਨਾ ਚੁਭਿਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਕਹਿਤਾ ਕਿ ਅਸਤੀਫਾ ਦੇ ਦਿਓ ਜੀ ਉਹਨਾਂ ਨੇ ਅਸਤੀਫਾ ਦਿੱਤਾ ਹੂੰ ਕੱਲ 1 ਜੂਨ ਨੂੰ ਡਾਕਟਰ ਬ੍ਰਿਜਿੰਦਰ ਸਿੰਘ ਹਮਦਰਦ ਦੀ ਹਮਾਇਤ ਦੇ ਵਿੱਚ ਹਮ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਕੱਲ ਜਲੰਧਰ ਦੇ ਵਿੱਚ ਇਕੱਠੀਆਂ ਹੋ ਰਗਾਂ ਨੇ ਜੀ ਔਰ ਦੂਸਰਾ ਇਹ ਸਿੱਧੂ ਸਾਹਿਬ ਨੇ ਬੜਾ ਸਖਤ ਬਿਆਨ ਦਿੱਤਾ ਉਹਦੇ ਵਿੱਚ ਤੇ ਜਿਹੜਾ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਤਾ ਜ ਜਿਹਦੀ ਸੁਣਵਾਈ ਵੀ ਕੱਲ ਨੂੰ 1 ਜੂਨ ਨੂੰ ਹੋਣੀ ਹੈ ਹੂੰ ਮੇਰਾ ਖਿਆਲ ਆ ਉਸ ਮਾਮਲੇ ਦੇ ਵਿੱਚ ਸਰਕਾਰ ਤੋਂ ਜਵਾਬ ਮੰਗ ਲਿਆ ਲੱਗਦਾ ਹੈ ਕਿ ਜਿਵੇਂ ਆਰ.ਐਸ. ਚੀਮਾ ਸਾਹਿਬ ਇਹਨਾਂ ਨੇ ਵਕੀਲ ਕੀਤੇ ਨੇ ਆਪਣਾ ਹਮਦਰਦ ਸਾਹਿਬ ਨੇ ਜੀ ਚੀਮਾ ਸਾਹਿਬ ਦਾ ਬਹੁਤ ਵੱਡਾ ਰੁਤਬਾ ਉਹ ਕਿਸੇ ਵੇਲੇ ਕੈਪਟਨ ਸਾਊਥ ਦੀ ਸਰਕਾਰ ਦੇ ਵਿੱਚ ਐਡਵੋਕੇਟ ਜਨਰਲ ਵੀ ਰਹੇ ਨੇ ਹਮ ਔਰ ਸਾਰੇ ਪ੍ਰਮੁੱਖ ਕੇਸ ਵੱਡੇ ਵੱਡੇ ਕੇਸ ਚੀਮਾ ਸਾਹਿਬ ਵੀ ਲੜਦੇ ਆ ਤਜਰਬੇ ਦਾ ਬਹੁਤ ਵੱਡੀ ਚੀਜ਼ ਹੁੰਦੀ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕਾਨੂੰਨਨ ਤੌਰ ਦੇ ਉੱਤੇ ਇਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਸਾਨੂੰ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਹੋ ਸਕਦਾ ਇਹਦੇ 'ਚ ਕੋਈ ਨਾ ਕੋਈ ਬਦਲ ਹੋ ਜਾਵੇ ਅਦਾਲਤ ਕੋਈ ਫੈਸਲਾ ਲਵੇ ਜੀ ਦੂਜੀ ਪਾਸੇ ਜਥੇਦਾਰ ਬਲਜੀਤ ਸਿੰਘ ਤਾਦੂਵਾਲ ਹੋਰਾਂ ਨੇ ਕਿਹਾ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਨੇ ਉਹਦੇ ਵਿੱਚ ਅਸੀਂ ਇੱਕ ਬਾਦਲ ਪਰਿਵਾਰ ਦਾ ਜਾਂ ਕਿਹੜੀ ਇੱਕ ਪਰਿਵਾਰ ਦਾ ਕਬਜ਼ਾ ਹਟਾਉਣ ਦੇ ਲਈ ਅਸੀਂ ਉਹਨਾਂ ਦਾ ਪਾਰਟੀ ਦਾ ਜਿਹੜੀ ਜਥੇਵੰਦੀਆਂ ਚੋਣ ਲੜਨਗੇ ਉਹਨਾਂ ਦਾ ਸਮਰਥਨ ਕਰਾਂਗੇ ਜਿਹੜੇ ਇੱਕ ਪਰਿਵਾਰ ਨੂੰ ਦੂਰ ਕਰਨ ਦੇ ਵਿੱਚ ਸਾਡੀ ਮਦਦ ਕਰਨਗੇ ਦੇਖੋ ਇਹ ਚੀਜ਼ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਕਹੀ ਹੈ ਜੀ ਬੀਬੀ ਜਗੀਰ ਕੌਰ ਹੋਰੀ ਵੀ 3 ਤਰੀਕ ਨੂੰ ਇੱਕ ਵੱਡਾ ਇਕੱਠ ਸੱਦ ਰਹੇ ਨੇ ਹੂੰ ਉਹਦੇ ਵਿੱਚੋਂ ਕੀ ਆਉਣਾ ਸਾਰਿਆਂ ਦੇ ਨਜ਼ਰਾਂ ਉਹਦੇ ਤੇ ਵੀ ਟਿਕੀਆਂ ਵਿਆ ਨੇ। ਸੰਤ ਬਲਜੀਤ ਸਿੰਘ ਦਾਦੂਵਾਲ ਜਿਨ੍ਹਾਂ ਨੂੰ ਮਤਵਾਜੀ ਤੌਰ ਦੇ ਉੱਤੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ। ਜੀ। ਬਾਅਦ ਦੇ ਵਿੱਚ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਚਲਾਉ ਪ੍ਰਧਾਨ ਵੀ ਬਣੇ। ਉਹਨਾਂ ਦਾ ਕਾਫੀ ਹੈ ਆਪਣੇ ਨਾਲ ਪ੍ਰੋਗਰਾਮਾਂ 'ਚ ਜੁੜਦੇ ਵੀ ਰਹਿੰਦੇ ਨੇ। ਦਾਦੂਵਾਲ ਸਾਹਿਬ ਨੇ ਕਿਹਾ ਕਿ ਇੱਕ ਪਰਿਵਾਰ ਦਾ ਕਬਜ਼ਾ ਹਟਾਉਣ ਦਾ ਮੌਕਾ ਆ ਗਿਆ। ਅੱਜ ਵळे ਮੈਨੂੰ ਲੱਗਦਾ ਮਾਨ ਸਰਕਾਰ ਇਸ ਪਾਸੇ ਲੱਗੀ ਵੀ ਐ ਕਾਂਗਰਸ ਨਾਲ ਵੀ ਟੱਕਰ ਲੈ ਰਹੇ ਨੇ ਤੇ ਬਾਦਲ ਪਰਿਵਾਰ ਨਾਲ ਵੀ ਟੱਕਰ ਲੈ ਰਹੇ ਨੇ ਢਾਲੀਵਾਲ ਸਾਹਿਬ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਭਾਵੇਂ ਕੈਪਟਨ ਦਾ ਮਹਿਲ ਹੋਵੇ ਜਾਂ ਬਾਦਲ ਪਰਿਵਾਰ ਦਾ ਜਿਹੜਾ ਹੋਟਲ ਹੋਵੇ ਅਸੀਂ ਉਹਦੇ ਨਾਲ ਪੰਗਾ ਲਵਾਂਗੇ ਉਧਰ ਹਰੀਸ਼ ਰਾਜ ਢਾਂਡਾ ਜਿਹੜੇ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਨੇ ਉੱਤੇ ਸੰਸਦੀ ਸਿਕੱਤਰ ਵੀ ਰਹੇ ਨੇ ਉਹ ਕਹਿੰਦੇ ਹੱਥ ਲਾ ਕੇ ਦੇਖੋ ਕਈ ਵਾਰੀ ਇਹ ਚੀਜ਼ਾਂ ਕਹਿ ਰੀਆਂ ਸੌਖੀਆਂ ਹੁੰਦੀਆਂ ਨੇ ਕਰਨੀਆਂ ਬਹੁਤ ਔਖੀਆਂ ਐਡੇ ਸੁਖਵੀਰ ਸਿੰਘ ਬਾਦਲ ਅਣਜਾਣ ਨਹੀਂ ਕਿ ਉਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਕੋਈ ਰਹਿਣ ਵਾਲੀ ਹੋਵੇ ਬਿਨਾਂ ਉਸ ਤੋਂ ਇਹ ਮਹਿਲ ਉਸਾਰਤੇ ਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਇਹ ਵੀ ਐ ਜੀ ਪੀ ਸੀ ਦੇ ਮੈਂਬਰ ਨੇ ਸ਼ਰੂਨੀ ਕਮੇਟੀ ਤੇ ਉਹ ਕਹਿੰਦੇ ਨਵੀਆਂ ਚੋਣਾਂ ਦੇ ਨਾਲ ਹੁਣ ਨਵੀਂ ਲੀਡਰਸ਼ਿਪ ਨਾਲ ਵਿਕਾਸ ਹੋਵੇਗਾ ਜਿਹੜਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਿਗਾਰ ਆ ਗਿਆ ਜਿਹਦੇ ਬਾਰੇ ਜਥੇਦਾਰ ਕਲ ਤਖਤ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਵੀ ਕਹਿੰਦੇ ਨੇ ਉਹਦੇ ਵਿੱਚ ਤਬਦੀਲੀ ਆਏਗੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਜਦੋਂ ਨਵੇਂ ਉੱਥੇ ਜਾਣਗੇ ਕਿਉਂਕਿ 11-12 ਸਾਲਾਂ ਤੋਂ ਇਹਦੀ ਚੋਣ ਨਹੀਂ ਹੋਈ ਨਵੀਂ ਜਦੋਂ ਵੀ ਕੋਈ ਟੀਮ ਆਉਂਦੀ ਹੈ ਉਹਦੇ ਨਾਲ ਤਬਦੀਲੀ ਤਾਂ ਆਇਆ ਹੀ ਕਰਦੀ ਹੈ ਜੀ ਦੂਜੇ ਵਸਤੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇੱਕ ਵੱਡਾ ਗਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੀ ਫਾਂਸੀ ਦੀ ਸਜ਼ਾ ਕਹਿੰਦੇ ਇਹ ਖਤਮ ਹੋਣੀ ਚਾਹੀਦੀ ਹੈ ਜੀ ਇਹ ਸਮਰਜੀਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ 190 ਮੁਲਕ ਨੇ ਸਾਡੇ ਹੂੰ ਉਹਨਾਂ ਦੇ ਵਿੱਚ ਫਾਂਸੀ ਦੀ ਸਜ਼ਾ ਨਹੀਂ ਹੈਗੀ ਮੌਤ ਦੇ ਘਾਟ ਉਤਾਰਨਾ ਗਲਤ ਗੱਲ ਹੈ ਉਹ ਕਹਿੰਦੇ ਇਹ ਕਮਣਾ ਤੁਸੀਂ ਕਰੋ ਬੰਦੇ ਨੂੰ ਭਵੇਂ ਤਾਂ ਉਮਰ ਸਜ਼ਾ ਦੇ ਦਿਓ ਉਹ ਜੇਲ੍ਹ ਚ ਬੈਠਾ ਰਹੇ ਇਹ ਗੱਲ ਸਿਮਰਜੀਤ ਸਿੰਘ ਬਾਦਸਾਹ ਨੇ ਕਹੀ ਹੈ ਕਿ ਕਿਸੇ ਬੰਦੇ ਨੂੰ ਮਾਰ ਦੇਣਾ ਉਹ ਚੰਗਾ ਨਹੀਂ ਉਹਨੂੰ ਸਖਤ ਸਜ਼ਾ ਜਿਉਂਦੇ ਰਹਿ ਕੇ ਵੀ ਦਿੱਤੀ ਜਾ ਸਕਦੀ ਹੈ ਜੀ ਤੇ ਤੁਜੇ ਪਾਸੇ ਪੰਜਾਬ ਸਰਕਾਰ ਵੀ ਆਪਣੀ ਜਿਹੜੀ ਕਿਸਾਨਾਂ ਦੇ ਲਈ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਨਾ ਤੁਹਾਨੂੰ ਪਤਾ ਕਿ ਧਾਲੀਵਾਲ ਸਾਹਿਬ ਨੇ ਚਾਫੀ ਹਿੰਮਤ ਕੀਤੀ ਸੀ ਇੱਕ ਨਵੀਂ ਖੇਤੀ ਨੀਤੀ ਵੀ ਆ ਰਹੀ ਹੈ ਇਹ ਨਵੀਂ ਖੇਤੀ ਨੀਤੀ ਸਰਕਾਰ ਨੇ ਆਖਿਆ ਕਿ 30 ਜੂਨ ਤੋਂ ਪਹਿਲਾਂ ਪਹਿਲਾਂ ਅਸੀਂ ਲਿਆਵਾਂਗੇ ਹੁਣ ਖੇਤੀਬਾੜੀ ਮੰਤਰੀ ਸਾਹਿਬ ਤਾਂ ਹੋ ਗਏ ਤਬਦੀਲ ਪਹਿਲਾ ਜਿਹੜੀ ਫਸਲ ਬੀਮਾ ਯੋਜਨਾ ਹੈ ਕਹਿੰਦੇ ਉਹ ਘਾਟੇ ਦਾ ਸੌਦਾ ਬੜੀ ਕੰਪਨੀ ਦਾ ਲੈ ਗਈ 16000 ਕਰੋੜ ਜੀ ਤੇ ਬੰਦਿਆ ਕਿੰਨਾ ਗਿਆ 5000 ਕਰੋੜ 11000 ਕਰੋੜ ਜਿਹੜਾ ਹੈਗਾ ਉਹ ਕੰਪਨੀ ਆਪਣੇ ਖਾਤੇ ਵਿੱਚ ਪਾ ਗਈ ਹੈ ਸੋ ਮੈਂ ਇਹ ਮਹਿਸੂਸ ਕਰਦਾ ਕਿ ਇਹ ਜਿਹੜੀ ਕੰਪਨੀ ਹੈ ਉਹਦੇ ਵਿੱਚ ਕੀ ਹੁੰਦਾ ਸੀ ਵੀ 40% ਨੀਤੀਆਂ ਉਹਦੀਆਂ ਗਲਤ ਨੇ 40% ਕੇਂਦਰ 40% ਰਾਜ ਸਰਕਾਰ ਤੇ 20% ਦੇ ਵੀ ਕਿਸਾਨ ਜਦੋਂ ਉਹਨਾਂ ਨੂੰ ਮੁਆਵਜ਼ਾ ਦੇਣਾ ਹੈ ਤਾਂ ਪਿੰਡ ਨੂੰ ਕਾਈ ਮੰਨ ਲਓ ਇੱਥੇ ਤੱਕ ਹੀ ਬਰੀ ਆਇਆ ਹੁੰਦਾ ਸੌਣ ਭਾਦੋ ਦੇ ਵੀ ਵੱਟ ਨਾਲ ਵੱਟ ਛੱਡ ਜਾਂਦੇ ਨੇ ਇੱਕ ਬੰਦੇ ਦਾ ਉਸੇ ਪਿੰਡ ਦੇ ਵਿੱਚ ਨੁਕਸਾਨ 10 ਕਿੱਲਿਆਂ ਦਾ ਹੋ ਗਿਆ ਇੱਕ ਦਾ ਦੇ ਕਿੱਲੇ ਦਾ ਵੀ ਨਹੀਂ ਹੋਇਆ ਤੇ 10 ਕਿੱਲਿਆਂ ਵਾਲੇ ਨੂੰ 10 ਕਿੱਲੇ ਦੇ ਬਰਾਬਰ ਮੁਆਵਜ਼ਾ ਦੇ ਦਿੱਤਾ ਜਾਵੇ ਇਹ ਤਾਂ ਕਿਤੇ ਲਿਖਿਆ ਨਹੀਂ ਇਹ ਗਲਤ ਹੈ ਸੋ ਬਲਵਪੁਰ ਜੀ ਜੀ ਸਰਕਾਰ ਕਹਿੰਦੀ ਹੈ ਕਿ ਇਹਦੇ ਤੇ ਅਸੀਂ ਆਪਣੀ ਨੀਤੀ ਬਣਾਵਾਂਗੇ ਅਸੀਂ ਉਹੀ ਪੈਸਾ ਜਿਹੜਾ ਉਹ ਆਪ ਆਪਦੇ ਮਤਬਕ ਸ਼ਰਤਾਂ ਤੈਅ ਕਰਾ ਕੇ ਕਿਸਾਨੀ ਦੇ ਮੁਤਾਬਕ ਹੋਣ ਇਹ ਫਸਲ ਬੀਮਾ ਯੋਜਨਾ ਦੇਵਾਂਗੇ ਸਰਕਾਰ ਦਾ ਇੱਕ ਮੰਨਣਾ ਹੈ ਕਿ ਜਿੰਨਾ ਨੂੰ ਮੁਆਵਜ਼ਾ ਖੇਤੀ ਦੇ ਖੇਤਰ ਵਿੱਚ ਦਿੱਤਾ ਜਾ ਚੁੱਕਿਆ ਹੈ ਚੁੱਕਿਆ ਹੈ ਉਹਨਾਂ ਕੋ ਜਿਹੜਾ ਹੈਗਾ ਖਰਚੇ ਦੇ ਵਿੱਚ ਫਸਲ ਬੀਮਾ ਯੋਜਨਾ ਕਿਸਾਨਾਂ ਦੇ ਨਿਜਮ ਦੇ ਮਤਾਬਕ ਬਣਾਈ ਜਾ ਸਕਦੀ ਹੈ ਜੀ ਤੇ ਅਚੂਰ ਸਾਹਿਬ ਦੂਜੇ ਪਾਸੇ ਚੰਦਰ ਸਿੰਘ ਚੰਨੀ ਹੋਰ ਜੋ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਹਿੰਦੇ ਵੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਤੇ ਮੇਰੀ ਮੈਨੂੰ ਮਾਨਸਿਕ ਤੌਰ ਦੇ ਉੱਤੇ ਵੀ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਕਹਿੰਦੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਜੀ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਇੰਨੇ ਦਿਨ ਪਹਿਲਾਂ ਕਿਹਾ ਸੀ ਹੂੰ ਇਹ ਕਹਿਣਾ ਕਿ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਆ ਕੀਤਾ ਜਾ ਰਿਹਾ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ ਚੰਡੀ ਸਾਹਿਬ ਜਿਹੜੇ ਸਵਾਲ ਭਗਵੰਤ ਮਾਨ ਨੇ ਅੱਜ ਕੀਤੇ ਨੇ ਉਹਨਾਂ ਦਾ ਜਵਾਬ ਦਿਓ ਹੂੰ ਬਿਲਕੁਲ ਉਹ ਗੱਲੀ ਬਾਤੀ ਫੂਸੀ ਬੰਦੇ ਨਹੀਂ ਪਕੜੇ ਜੇ ਉਹਨਾਂ ਨੇ ਬੰਦਾ ਪੇਸ਼ ਕੀਤਾ ਜਾਂਦਾ ਇਹ ਦੱਸੋ ਵੀ ਤੁਸੀਂ ਉਹਨੂੰ ਮਿਲੇ ਨਹੀਂ ਜੇ ਮਿਲੇ ਹੋ ਬੰਦਾ एलिਜੀਬਲ ਸੀ ਤਾਂ ਉਹਨੂੰ ਨੌਕਰੀ ਕਿਉਂ ਨਹੀਂ ਦਿੱਤੀ ਤੇ ਜੇ ਜਿਵੇਂ ਮਾਨ ਸਾਹਿਬ ਐਂ ਕਰਦੇ ਆ ਵਿਕਟਰੀ ਦਾ ਨਿਸ਼ਾਨ ਬਣਾ ਕੇ ਤੁਹਾਡੇ ਭਤੀਜੇ ਨੇ 2 ਕਰੋੜ ਮੰਗਿਆ ਗੱਲ ਉਹਦੇ ਤੇ ਕਰੋ ਲੇ ਨਹੀਂ ਲੈ ਬੱਕਰੀ ਗੱਲ ਹੈ ਪਰ ਇਹ ਮੰਗ ਲੈਣਾ ਇਹ ਵੀ ਤਾਂ ਇੱਕ ਬਹੁਤ ਗਲਤ ਹੈ ਸਿਰਫ ਇਹ ਕਹਿਣਾ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ ਮੇਰੀ ਮਨਸ਼ਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਕੱਲੀ ਗੱਲ ਬਹੁਤੀ ਨਹੀਂ ਜਿਵੇਂ ਉਹਨਾਂ ਨੇ ਸਬੂਤ ਰੱਖੇ ਨੇ ਤੁਸੀਂ ਸਬੂਤਾ ਦੇ ਆਧਾਰ ਤੇ ਹੀ ਇਹਨਾਂ ਦਾ ਟੱਕਰਾ ਕਰੋ ਕਾਨੂੰਨਾਨ ਤੌਰ ਤੇ ਕਰੋ ਤਾਂ ਉਹ ਜ਼ਿਆਦਾ ਵਧੀਆ ਹੋਵੇਗਾ ਅੰਕੜੇ ਦੇ ਆਧਾਰ ਤੇ ਜੇ ਗੱਲ ਕਰੋਗੇ ਤਾਂ ਸਮਝਦਿਆਂ ਇਹ ਚੀਜ਼ ਕਾਫੀ ਵਧੀਆ ਮੰਨੀ ਜਾਵੇਗੀ ਇਸ ਤਰ੍ਹਾਂ ਨਹੀਂ ਜੀ ਡਾਕਟਰ ਸਾਹਿਬ ਹੁਣ ਚੰਨੀ ਤੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਜੋ ਤਕਰਾਰ ਚੱਲ ਰਹੀ ਸੀ ਹੁਣ ਇਹਦੇ ਵਿੱਚ ਸਬਕਾ ਜਿਹੜੇ ਕੈਬਨ ਮੰਤਰੀ ਸੀ ਬਲਵੀਰ ਸਿੱਧੂ ਹਰ ਉਹਦੀ ਵੀ ਐਂਟਰੀ ਹੋ ਗਈ ਹੁਣ ਕਹਿੰਦੇ ਵੀ ਉਹ ਵੀ ਗਵਾਹ ਦੇ ਤੌਰ ਦੇ ਉੱਤੇ ਸਾਹਮਣੇ ਆ ਸਕਦੇ ਨੇ ਨਹੀਂ ਉੱਥੇ ਖੜੇ ਸੀ ਬਲਵੀਰ ਸਿੱਧੂ ਪਤਾ ਨਹੀਂ ਬਲਵੀਰ ਸਿੱਧੂ ਆਉਂਦੇ ਆ ਕਿ ਨਹੀਂ ਆਉਂਦੇ ਬਲਵੀਰ ਸਿੱਧੂ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ ਬਿਲਕੁਲ ਜੀ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਪੁਖਮੰਤ ਮਾਨ ਦੇ ਹੱਕ ਚ ਡਟ ਰਹੇ ਇਹ ਵੀ ਕਿਹਾ ਜਾ ਰਿਹਾ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਵੀ ਉੱਥੇ ਸੀ ਉਹ ਵੀ ਤਸਵੀਰ ਦੇ ਵਿੱਚ ਕਿਉਂਕਿ ਜਿਹੜਾ ਹੋਇਆ ਸੀ ਉੱਥੇ ਕਿਸੇ ਮੁੱਢਲੇ ਸਿਹਤ ਕੇਂਦਰ ਦਾ ਉਦਘਾਟਨ ਸੀ ਜੀ ਜਿਹੜਾ ਚੰਨੀ ਸਾਹਿਬ ਨੇ ਕਰਨਾ ਸੀ ਸਾਰਿਆਂ ਨੂੰ ਪਤਾ ਕਿ ਜਿਹੜਾ ਸਿਹਤ ਦਾ ਵਿਭਾਗ ਸੀ ਚੰਨੀ ਸਾਹਿਬ ਦੀ ਸਰਕਾਰ ਦੇ ਵਿੱਚ ਉਹ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਕੋਲ ਸੀ ਉਸ ਵੇਲੇ ਦੇ ਹੂੰ ਸੋ ਚੰਨੀ ਸਾਹਿਬ ਦੀ ਐਂਟਰੀ ਤਾਂ ਹੋ ਚੁੱਕੀ ਹੈਗੀ ਉਹਦੇ ਨਾਲ ਓਪੀ ਸੋਨੀ ਸਾਹਿਬ ਦੀ 9 11 ਦੀ ਉਹ ਗੱਲ ਦੱਸਦੇ ਆ 9 11 2021 ਜੀ ਮਾਨ ਸਾਹਿਬ ਉਦੋਂ ਦੇ ਗੱਲ ਕਰਦੇ ਸੀ ਅਸੀਂ ਇਸ ਗੱਲ ਤੇ ਸੋਚਦੇ ਸੀ ਕਿ ਜਿਹੜਾ ਮੁੱਖ ਮੰਤਰੀ ਐਡੇ ਜ਼ੋਰ ਸ਼ੋਰ ਨਾਲ ਕਹਿ ਰਿਹਾ ਇਹਦਾ ਮਤਲਬ ਕੋਈ ਨਾ ਕੋਈ ਸਬੂਤ ਉਹਨਾਂ ਦੇ ਹੱਥ ਦੇ ਵਿੱਚ ਹੈ ਜੀ ਚੰਨੀ ਸਾਹਿਬ ਤਾਂ ਇਹ ਗੱਲ ਵੀ ਕਹਿੰਦੇ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਨੌਕਰੀ ਦੇਣ ਦੇ ਬਦਲੇ ਸ਼ਰਤ ਰੱਖੀ ਵੀ ਚੰਨੀ ਨੂੰ ਬਦਨਾਮ ਕਰਾਂਗੇ ਵੀ ਤੈਨੂੰ ਨੌਕਰੀ ਦੇਵਾਂਗੇ ਤੂੰ ਆ ਜਾ ਸਾਹਮਣੇ ਕਹਿੰਦੇ ਚਲੋ ਤੁਸੀਂ ਕੀਤਾ ਜੇ ਤੁਹਾਨੂੰ ਲੱਗਦਾ ਸਾਰਾ ਕੁਝ ਗਲਤ ਤਾਂ ਤੁਸੀਂ ਮਾਨ ਹੰਦੀ ਦਾ ਕੇਸ ਪਾ ਦਿਓ ਅਦਾਲਤ ਚ ਹਾਂ ਬਿਲਕੁਲ ਜੀ ਕਾਨੂੰਨ ਸਾਰਾ ਲੈਣਾ ਚਾਹੀਦਾ ਉਥੇ ਅਦਾਲਤਾਂ ਦੇ ਵਿੱਚ ਤਾਂ ਨਹੀਂ ਇਹਨਾਂ ਦੀ ਗੱਲ ਚੱਲਣੀ ਚਲੋ ਠੀਕ ਹੈ ਕਦੇ ਅਦਾਲਤੀ ਫੈਸਲਿਆਂ ਤੇ ਵੀ ਲੋਕ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਨੇ ਪਰ ਅਦਾਲਤ ਹੈਟ ਲਈ ਅਦਾਲਤਾਂ ਸੈਸ਼ਨ ਅਦਾਲਤਾਂ ਹੈ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਇਹ ਚੀਜ਼ ਇਸ ਤਰ੍ਹਾਂ ਕੱਲਾਂ ਕਰਨ ਨਾਲ ਨਹੀਂ ਨਿਬੜਨੀ ਕਿ ਤੈਨੂੰ ਨੌਕਰੀ ਦੇ ਦੇਾਂਗੇ ਤੂੰ ਆ ਜਾ ਕਰ ਲੈ ਇਹ ਤਾਂ ਫਿਰ ਬਹੁਤ ਗਾਹ ਤੱਕ ਜਾਂਦਾ ਇਹ ਚੀਜ਼ ਨੂੰ ਅੰਕੜਿਆਂ ਦੇ ਆਧਾਰ ਤੇ ਹੀ ਚੰਨੀ ਸਾਹਿਬ ਨੂੰ ਇਦੇ ਚੋਂ ਮੁਕਤੀ ਮਿਲੂਗੀ ਇਸ ਤਰੀਕੇ ਨਾਲ ਨਹੀਂ ਜੀ ਪਰ ਚੰਨੂ ਸਾਹਿਬ ਲੋਕਾਂ ਦੇ ਵਿੱਚ ਚਰਚਾ ਕਹਿੰਦੇ ਵੀ ਚੰਨੀ ਸਾਹਿਬ ਤਾਂ 3 ਮਹੀਨੇ ਮੁੱਖ ਮੰਤਰੀ ਰਹੇ ਪਰ ਸੁਖਵੀਰ ਬਾਦਲ ਦੇ ਕੈਪਟਨ ਮਨਿੰਦਰ ਸਿੰਘ ਜਿਹੜੋ ਮਾਫ ਕਰਨਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਜੋ ਉਪ ਮੁੱਖ ਮੰਤਰੀ ਸੀ ਤੇ ਕੈਪਟਨ ਮਨਿੰਦਰ ਸਿੰਘ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੁਣ ਤੱਕ ਕਰਕੇ ਇਹ ਲੋਕਾਂ ਦੇ ਵਿੱਚ ਚਰਚਾ ਹੈ ਇਹ ਜ਼ਿਆਦਾ ਕਾਂਗਰਸ ਨੂੰ ਟਾਰਗੇਟ ਕਰ ਰਹੇ ਨੇ ਬਿਲਕੁਲ ਜੀ ਉਹਦੇ ਵਾਲੇ ਪਾਸੇ ਤਾਂ ਵੇਖਦੀ ਹੀ ਨਹੀਂ ਹਮ ਕਿਤੇ ਕਿਸੇ ਪਾਸੋਂ ਕੋਈ ਸੁਨੇਹਾ ਤਾਂ ਨਹੀਂ ਜੀ ਜੇ ਕਿਹੜਾ ਕਾਰਨਾ ਹੈ ਉਹਨਾਂ ਦੇ 10 ਸਾਲ ਚ ਭ੍ਰਸ਼ਟਾਚਾਰ ਹੋਇਆ ਹੀ ਨਹੀਂ ਨਸ਼ਾ ਬਾਰੇ ਅਕਸਰ ਦੂਜੀਆਂ ਪਾਰਟੀਆਂ ਵਾਲੇ ਦੋਸ਼ ਲਾਉਂਦੇ ਕਿ ਨਸ਼ੇ ਦੀ ਜਨਮਦਾਤੀ ਅਕਾਲੀ ਦਲ ਹੈ ਹੂੰ ਉਹਨਾਂ ਤੇ ਦੋਸ਼ ਲਾਉਂਦੇ ਉਹਨਾਂ ਦੇ ਵੱਡੇ ਆਗੂ ਨਸ਼ੇ ਵਾਲੇ ਮਾਮਲਿਆਂ ਦੇ ਵਿੱਚ ਤਰੀਕਾ ਵੀ ਭੁਗਤ ਰਹੇ ਜੇਲ੍ਹ 'ਚ ਵੀ ਜਾ ਕੇ ਆਏ ਬਿਲਕੁਲ ਜੀ ਸੋ ਇਹ ਲੋਕਾਂ ਦੇ ਵਿੱਚ ਚਰਚਾ ਜ਼ਰੂਰ ਹੈ ਕਿ ਉਹਨਾਂ ਨੂੰ ਨਾਲ ਕਿਉਂ ਨਹੀਂ ਜੋੜਿਆ ਜਾ ਰਿਹਾ ਉਹਨਾਂ ਨੂੰ ਪਾਸੇ ਕਿਉਂ ਕਰ ਦਿੱਤਾ ਗਿਆ ਇਹ ਗਲਤੀ ਚੱਲਦੀ ਹੈ ਇਹਦੇ ਬਾਰੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਜਵਾਬ ਦੇਣਗੇ ਕਿ ਉਹ ਸਾਰੇ ਦੁੱਧ ਤੋਂ ਉੱਤੇ ਸਾਬਤ ਕਰਦੇ ਤੇ ਜਾਂ ਪਹਿਲਾਂ ਅਜੇ ਇਹਨਾਂ ਨੂੰ ਨਿਬੜ ਲੋ ਬਾਅਦ ਦੇ ਵਿੱਚ ਉਹਨਾਂ ਨੂੰ ਨਿਬੜ ਲਿਓ ਬਿਲਕੁਲ ਜੀ ਜਾਂ ਇਹ ਤਾਂ ਨਹੀਂ ਹੈ ਕਿ ਜੇ ਕੱਲ ਨੂੰ ਰੱਬ ਨਾ ਕੀਤਾ ਇਹਨਾਂ ਦਾ ਕਾਂਗਰਸ ਦੇ ਨਾਲ ਅੰਡਰਸਟੈਂਡਿੰਗ ਸਮਝੌਤਾ ਹੋ ਗਿਆ ਫਿਰ ਕਾਂਗਰਸ ਨੂੰ ਛੱਡ ਕੇ ਇਕਾਲੀਆਂ ਵਾਲੇ ਪਾਸੇ ਹੋ ਜਿਓ ਹੂੰ ਉੱਥੇ ਦੋਵੇਂ ਹਮਾਇਤ ਕਰਨਗੇ ਇੱਕ ਦੂਜੇ ਦੀ ਬਿਲਕੁਲ ਜੀ ਸੋ ਪਤਾ ਨਹੀਂ ਰਾਜਨੀਤੀ ਹੋਰ ਪਾਸੇ ਵੱਲ ਤੁਰ ਪਈ ਜਿਹੜੀਆਂ ਸਾਡੀਆਂ ਅਸਲ ਮੰਗਾ ਨੇ ਪੰਜਾਬ ਦੇ ਵਿੱਚ ਵੀ ਇਹ ਨੌਜਵਾਨ ਜਿਹਦੇ ਬਾਰੇ ਮਾਨਸਾਹਬ ਕਹਿੰਦੇ ਜੀ ਵਿਦੇਸ਼ਾਂ ਤੋਂ ਅੰਦਰ ਲਿਆਵਾਂਗੇ ਲਗਾਤਾਰ ਕਾਨੂੰਨ ਦੀ ਵਿਵਸਥਾ ਵਿਗੜਦੀ ਜਾ ਰਹੀ ਹੈ ਘਰਾਂ 'ਚ ਬੈਠਿਆਂ ਦੇ ਆ ਕੀ ਕੁਛ ਨਹੀਂ ਵਾਪਰਦਾ ਸਵੇਰੇ ਸਵੇਰੇ ਮਨਦੀਪ ਹੋਂਦਾ ਟੀਵੀ ਲਾਉ ਨੂੰ ਜੀ ਨਹੀਂ ਕਰਦਾ ਜਿਹੜੀਆਂ ਘਟਰਾਵਾ ਸਾਰੇ ਪਾਸੇ ਲੁੱਟਖੋ ਮਾਰ ਧਾੜ ਇਹ ਹੁੰਦੀਆਂ ਨੇ ਕੋਈ ਅੱਜ ਦੀ ਖਬਰ ਕਦੇ ਕੰਨਾਂ 'ਚ ਸੁਣਨ ਨੂੰ ਮਿਲਦੀ ਨਹੀਂ ਮਤਲਬ ਇਹ ਸਾਰਾ ਕੁਝ ਵਾਪਰਿਆ ਜਿਹੜੇ ਪੰਜਾਬ ਦੀਆਂ ਅਸਲ ਮੰਗਾ ਦੇਸ਼ ਦੀਆਂ ਉਥੇ ਪਾਰਲੀਮੈਂਟ ਦੇ ਵਿੱਚ ਕਪਲ ਸਿੰਘ ਸਾਹਿਬ ਕਹਿੰਦੇ ਆ ਉਹ ਪਾਰਲੀਮੈਂਟ ਇੱਕ ਪਹਿਲਾ ਭਗਵੰਤ ਸਾਹਿਬ ਮਾਨਸਾਹਬ ਦਾ ਪਹਿਲਵਾਨਾਂ ਵਾਲੇ ਮਾਮਲੇ ਤੇ ਧਰ ਜਾਏ ਉਹ ਕਹਿੰਦੇ ਕਿ ਇਹ ਤਾਂ ਸ਼ੁਕਰ ਕਰੋ ਵੀ ਇਹ ਮੈਡਲ ਤਾਰਨ ਗਈਆਂ ਨੇ ਬੱਚੀਆਂ ਜਿਹੜੇ ਹਿਸਾਬ ਨਾਲ ਲੋਕਤੰਤਰ ਦੀਆਂ ਹਾਲਤ ਕਰਤੀਆਂ ਮੋਦੀ ਸਾਹਿਬ ਨੇ ਇਹ ਤਾਂ ਲੋਕਤੰਤਰ ਦੀਆਂ ਅਸਤੀਆਂ ਵੀ ਗੰਗਾ ਚ ਤਾਰਨੀਆਂ ਪੈਣਗੀਆਂ ਹੂੰ ਸੋ ਉਧਰ ਦੇ ਪਾਸੇ ਕਪਲ ਸਿਪਲ ਸਾਹਿਬ ਦਾ ਕਹਿੰਦੇ ਕਪਲ ਸਿਪਲ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਜਿਸ ਪਾਰਲੀਮੈਂਟ ਦੇ ਵਿੱਚ ਜਿਹਨੂੰ ਸੁਪਰੀਮ ਕੋਰਟ ਕਹਿੰਦਾ ਹੈ ਕਿ ਜੇ ਧਰਮ ਨੂੰ ਵਿੱਚੋਂ ਪਾਸੇ ਕਰ ਦਿੱਤਾ ਜਾਵੇ ਨਫਰਤੀ ਭਾਸ਼ਣ ਬੰਦ ਹੋ ਜਾਣਗੇ ਉੱਥੇ ਜਿਹੜਾ ਕੁਝ ਧਰਮ ਦੇ ਆਧਾਰ ਦੇ ਉੱਤੇ ਦੇਸ਼ ਦਾ ਪ੍ਰਧਾਨ ਮੰਤਰੀ ਡੰਡੌਤ ਕੱਢ ਰਿਹਾ ਹੈ ਕੋਈ ਉੱਥੇ ਖਿਡਾਰੀ ਖਿਡਾਰੀਆਂ ਨਾਲ ਜੋ ਬਾਪਰ ਰਿਹਾ ਸੀ ਉਹ ਸਾਰੀ ਦੁਨੀਆ ਦੇਖ ਰਹੀ ਸੀ ਕੋਈ ਉੱਥੇ ਵਿਗਿਆਨੀ ਜਿਹਨੇ ਕੋਈ ਬਹੁਤ ਅੰਤਰਰਾਸ਼ਟਰੀ ਪੱਧਰ ਦੀ ਖੋਜ ਕੀਤੀ ਹੋਵੇ ਕੋਈ ਡਾਕਟਰ ਜਿਨ੍ਹਾਂ ਨੇ कोरोना महामारी ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਹੋਵੇ ਕੋਈ ਉਹ ਵਿਅਕਤੀ ਜਿਹਨੇ ਦੇਸ਼ ਦੀ ਇੱਜ਼ਤ ਰੱਖੀ ਹੋਵੇ ਉਹਨਾਂ ਚੋਂ ਤਾਂ ਕੋਈ ਨਹੀਂ ਸੀ ਜੀ ਸਿਰਫ ਤੇ ਸਿਰਫ ਉਹਤੇ ਧਾਰਮਿਕ ਆਗੂ ਬਹਾਤੇ ਕਿਤੇ ਅਗਲੀ ਚੋਣ ਜਿਹੜੀ ਹੈ ਉਹ ਧਰਮ ਦੇ ਆਧਾਰ ਤੇ ਤਾਂ ਨਹੀਂ ਲੜੀ ਜਾ ਰਹੀ ਫੇਰ ਇਹ ਬਹੁਤ ਚੀਜ਼ਾਂ ਇਸ਼ਾਰਾ ਕਰਦੀਆਂ ਨੇ ਉਹ ਕਹਿੰਦੇ ਧਾਰਮਿਕ عقیدਿਆਂ ਲਈ ਜੀ ਕਿਸੇ ਦਾ ਕਤਲ ਹੋ ਜਾਵੇ ਇਹ ਬਹੁਤ ਮਾੜਾ ਹੈ ਇਸ ਕਰਕੇ ਸਾਨੂੰ ਉੱਥੇ ਇੱਕ ਦੂਜੀ ਤਸਵੀਰ ਵਾਇਰਲ ਹੋ ਰਹੀ ਸੀ ਜੀ ਜਦੋਂ ਪਹਿਲਾ ਪਾਰਲੀਮੈਂਟ ਬਣਿਆ ਸੀ ਉਦੋਂ ਕਿਸ ਪੱਧਰ ਦੇ ਆਗੂ ਉੱਥੇ ਬੈਠੇ ਸੀ ਹੂੰ ਤੇ ਹੁਣ ਕਿਸ ਪੱਧਰ ਦੇ ਤੇ ਵਾਇਰਲ ਇੱਕ ਵਿਚਾਰਤਾਰ ਹੈ ਕਿ ਜਿਹੜੇ ਧਾਰਮਿਕ ਆਗੂ ਨੇ ਬਹੁਤ ਸਾਰੇ ਬਹੁਤ ਚੰਗੇ ਨੇ ਚੰਗੇ ਕੰਮ ਕਰਦੇ ਆ ਪਰ ਇਹਨਾਂ ਦੀ ਆੜ ਦੇ ਵਿੱਚ ਕੁਝ ਅਜਿਹੇ ਲੋਕ ਵੀ ਆ ਜਿਨ੍ਹਾਂ ਤੇ ਕਾਰਵਾਈਆਂ ਕੰਮ ਜਿਹੜੇ ਆ ਉਹਦੇ ਨਾਲ ਅੱਖਾਂ ਝੁਕਤ ਜਾਂਦੀ ਜੀ ਤਿਲਸਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਸ਼ੁਕਰੀਆ ਜੀ ਬਹੁਤ ਮਿਹਰਬਾਨ ਤੇ ਪਿਆਰ ਦਰਸ਼ਕੋ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਤਦ ਤੱਕ ਦੇਖਜਾਤ ਧੰਨਵਾਦ ਜੇ ਅਜਿਹਾ ਤੁਹਾਗੇ ਅੱਜ ਭੋਗ ਪਾਤਾ ਤੈਨੂੰ ਅੱਜ ਭੋਗ ਨਹੀਂ ਸਾਰਾ